ਸੂਬੇ ਵਿੱਚ ਨਸ਼ੇ ਦੀ ਤਸਕਰੀ ਨੇ ਪੂਰੀ ਤਰ੍ਹਾਂ ਜ਼ੋਰ ਫੜਿਆ ਹੋਇਆ ਜਿਸ ਦੌਰਾਨ ਕਈ ਤਸਕਰ ਸਜ਼ਾ ਕੱਟਣ ਤੋਂ ਬਾਅਦ ਅਤੇ ਸਜ਼ਾ ਕੱਟਣ ਦੌਰਾਨ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਅਜਿਹਾ ਹੀ ਇੱਕ ਮਾਮਲਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਸਾਹਮਣੇ ਆਇਆ ਜਿੱਥੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਕੋਲੋਂ ਹੀ ਨਸ਼ੀਲੀਆਂ ਵਸਤੂਆਂ ਬਰਾਮਦ ਕੀਤੀਆਂ ਗਈਆਂ। ਜੇਲ੍ਹ ਅਧਿਕਾਰੀ ਰਮਨਦੀਪ ਸਿੰਘ ਪੰਗੂ ਨੇ ਦੱਸਿਆ ਕਿ ਜਿਸ ਮੁਲਾਜ਼ਮ ਨੇ ਕੈਦੀ ਕੋਲੋਂ ਅਤੇ ਪੈਸਕੋ ਕੰਪਨੀ ਦੇ ਮੁਲਾਜ਼ਮ ਕੋਲੋਂ ਨਸ਼ਾ ਫੜਿਆ ਉਸ ਮੁਲਾਜ਼ਮ ਦੀ ਤਰੱਕੀ ਲਈ ਸੀਨੀਅਰ ਅਧਿਕਾਰੀ ਨੂੰ ਲਿਖ ਕੇ ਭੇਜ ਦਿੱਤਾ। ਉਹਨਾਂ ਕਿਹਾ ਕਿ ਜੇਲ੍ਹ ਵਿੱਚ ਨਸ਼ਾ ਕਿਸੇ ਵੀ ਕੀਮਤ 'ਤੇ ਨਹੀਂ ਆਉਣ ਦਿੱਤਾ ਜਾਵੇਗਾ। ਮਾਨਯੋਗ ADGP ਜੇਲ੍ਹਾਂ ਅਤੇ ਮਾਨਯੋਗ ਜੇਲ੍ਹ ਮਿਨਿਸਟਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜ਼ਿਲ੍ਹਾ ਅੰਦਰ ਨਸ਼ਾ ਦੀ ਰੋਕਥਾਮ ਲਈ ਸਮੇਂ ਸਮੇਂ 'ਤੇ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ਾਂ ਨੂੰ ਜਾਰੀ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਅਸੀਂ ਪਾਲਣਾ ਕਰਦੇ ਹੋਏ ਜ਼ਿਲ੍ਹੇ ਅੰਦਰ ਨਸ਼ਾ ਅਤੇ ਹੋਰ ਪ੍ਰੋਹਿਬਿਟਡ ਆਰਟੀਕਲ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਜਿਸ ਦੇ ਚੱਲਦੇ ਹੀ ਕੁਝ ਦਿਨ ਪਹਿਲਾਂ ਇੱਕ ਪੈਸਕੋ ਕਰਮਚਾਰੀ ਆਤਮਾ ਸਿੰਘ ਵੀ ਜ਼ਿਲ੍ਹੇ ਅੰਦਰ ਨਸ਼ਾ ਲਿਜਾਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਅਤੇ ਉਸ ਤੋਂ ਬਾਅਦ ਅਗਲੇ ਦੇ ਇਹੀ ਦਿਨ ਕੈਦੀ ਬੂਟਾ ਸਿੰਘ ਜੋ ਕਿ ਆਪਣੀ 6 ਹਫ਼ਤੇ ਦੀ ਪਰੋਲ ਕੱਟ ਕੇ ਜੇਲ੍ਹ ਵਾਪਸ ਆ ਰਿਹਾ ਸੀਗਾ ਜਿਸ ਦੀ ਪਹਿਲਾਂ ਹੀ ਸਾਨੂੰ ਇਤਲਾਹ ਸੀ ਗੁਪਤ ਸੂਤਰਾਂ ਤੋਂ ਪਤਾ ਸੀ ਵੀ ਜੇਲ੍ਹ ਅੰਦਰ ਕੋਈ ਨਸ਼ਾ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗਾ ਜਿਸ ਦੇ ਚੱਲਦਿਆਂ ਮੇਰੇ ਵੱਲੋਂ ਉਹਦੀ ਸਖਤੀ ਨਾਲ ਤਲਾਸ਼ੀ ਕਰਵਾਈ ਗਈ ਤਾਂ ਤਲਾਸ਼ੀ ਦੌਰਾਨ ਡਿਊਟੀ ਦੇ ਅੰਦਰ ਹੀ ਉਹਦੇ ਹੱਥ ਨਾਲ ਬੰਨ੍ਹੀ ਹੋਈ ਵਾਚ ਦੇ ਘੜੀ ਦੇ ਨੀਚੋਂ ਇੱਕ ਪੈਕਟ ਟੈਬਲੇਟਸ ਦਾ ਬਰਾਮਦ ਹੋਇਆ ਜਿਹਦੇ ਵਿੱਚ 45 ਟੈਬਲੇਟ ਕਰੀਬ ਦੇ ਕਰੀਬ ਟੈਬਲੇਟ ਸੀਗੀਆਂ ਟਰਾਮਾਡੋਲ ਦੀਆਂ ਜੋ ਬਰਾਮਦ ਹੋਈਆਂ ਅਤੇ ਇਸ ਦੇ ਸੰਬੰਧ ਵਿੱਚ ਤੁਰੰਤ ਹੀ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਕਿ ਕਰਮਚਾਰੀ ਦੇ ਇਹਦੇ ਬੰਦੀ ਦੇ ਅਗੇਂਸਟ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।